ਮੈਂ ਡਾਕਟਰ ਸੁਭਾਸ਼ ਅਗਨੀਹੋਤਰੀ ਕਈ ਹੋਸਪਿਟਲ 'ਚ ENT ਸਰਜਨ ਹਾਂ। ਐਲਰਜੀ ਦਾ ਇਲਾਜ ਦਵਾਈਆਂ ਨਾਲ ਹੀ ਕੀਤਾ ਜਾਂਦਾ ਹੈ। ਜੇ ਐਲਰਜੀ ਟੈਸਟ 'ਤੇ ਪੋਜ਼ੀਟਿਵ ਹੋਏ ਅਸੀਂ ਉਹ ਚੀਜ਼ ਤੋਂ ਬੰਦ ਐਲਰਜੀ ਖਾਣ ਤੋਂ ਰੋਕ ਦੇਈਦਾ ਕਿ ਇਹ ਨਾ ਕਰੋ, ਇਹਦੇ ਤੋਂ ਤੁਹਾਨੂੰ ਐਲਰਜੀ ਆ, ਫਿਰ ਦਵਾਈਆਂ ਦੀ ਲੋੜ ਹੀ ਨਹੀਂ ਪੈਂਦੀ। ਜਾਂ ਕਿਸੇ ਦੀ ਹੱਡੀ ਨੱਕ ਦੀ ਟੇੜੀ ਆ, ਉਹਦੇ ਕਾਰਨ ਉਹਨੂੰ ਜ਼ਿਆਦਾ ਪ੍ਰੋਬਲਮ, ਨੱਕ ਦੀ ਰੇਸ਼ਾ ਰਹਿੰਦਾ, ਰੇਸ਼ਾ ਹਟਦਾ ਨਹੀਂ, ਪਿੱਛੇ ਗਲੇ 'ਚ ਆਵਾਜ਼ ਆਉਂਦੀ ਰਹਿੰਦੀ ਹੈ, ਘਰਾੜੇ ਆਉਂਦੇ ਨੇ, ਅਤੇ ਘਰਾੜੇ ਮਾਰਨ ਦਾ ਰਸਤੇ ਨਾ ਉਹ ਪੱਕਾ ਇਲਾਜ ਕੀਤਾ ਜਾਂਦਾ, ਜਿਹਦੇ ਕਰਕੇ ਨੱਕ ਜਾਂ ਗਲੇ 'ਚ ਰਸੌਲੀ ਹੁੰਦੀ ਜਾਂ ਨੱਕ 'ਚ ਮਾਸ ਵਧਿਆ ਹੁੰਦਾ, ਉਹ ਕੱਟ ਦਿੱਤਾ ਜਾਂਦਾ ਅਤੇ ਉਹ ਠੀਕ ਹੋ ਜਾਂਦਾ, ਕੋਈ ਹੋਰ ਲੰਮਾ ਚੌੜਾ ਕਰਨ ਦੀ ਲੋੜ ਨਹੀਂ ਪੈਂਦੀ। ਕਿਸੇ ਦਾ ਟੌਂਸਲਾਂ ਦਾ ਆਪਰੇਸ਼ਨ ਹੋਣਾ, ਉਹ ਵੀ ਇੱਕ ਦਿਨ 'ਚ ਕਰਕੇ ਅਗਲੇ ਦਿਨ ਘਰ ਭੇਜ ਦਿੰਦਾ ਜੇ ਜ਼ਰੂਰਤ ਹੋਏ ਤਾਂ। ਫਿਰ ਜੇ ਕਿਸੇ ਨੂੰ ਵੱਡੀ ਬਿਮਾਰੀ ਹੈ, ਕੋਈ ਆਵਾਜ਼ ਚੇਂਜ ਹੋਈ ਆ, ਆਵਾਜ਼ ਨਿਕਲਦੀ ਨਹੀਂ ਹੈ, ਆਵਾਜ਼ ਬੰਦ ਹੋ ਗਈ ਆ, ਆਵਾਜ਼ ਦਾ ਉਹਦਾ ਰੋਟੀ ਅੜਦੀ ਹੈ, ਫਿਰ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਟੈਸਟ ਕਰਕੇ ਅਤੇ ਉਹਦਾ ਇਲਾਜ ਕਰਦੇ ਹਾਂ। ਇਹਨਾਂ ਬਿਮਾਰੀਆਂ ਦੀ ਬਚਾਓ ਲਈ ਘਰ 'ਚ ਇਲਾਜ ਕੀਤਾ ਜਾ ਸਕਦਾ ਹੈ, ਜਿਵੇਂ ਕਿ ਮੋਬਾਈਲ ਦਾ ਘੱਟ ਤੋਂ ਘੱਟ ਯੂਜ਼ ਹੋਏ, ਦੂਸਰਾ ਹੈਗਾ ਕੰਨ 'ਚ ਕੋਈ ਤੀਲਾ ਨਾ ਮਾਰਿਆ ਜਾਏ ਤਾਂ ਕਿ ਪਰਦਾ ਨਾ ਫਟੇ, ਅਤੇ ਤੀਸਰਾ ਹੈ ਕਿ ਛੋਟੇ ਮੋਟੇ ਤੇਲ ਪਾਓ ਕੰਨ 'ਚ ਤਾਂ ਕਿ ਮੈਲ ਵਗੈਰਾ ਨਾ ਬਣੇ, ਦੂਸਰਾ ਨੱਕ 'ਚ ਵਿੱਚ ਕਿਸੇ ਦਾ ਖੂਨ ਆਉਂਦਾ, ਬੱਚੇ ਨੂੰ ਨਹੁੰ ਕੱਟੋ ਉਹਦੇ, ਅਤੇ ਉਹ ਨੱਕ ਵਿੱਚ ਉਂਗਲੀ ਨਾ ਮਾਰੇ ਤਾਂ ਕਿ ਜ਼ਖਮ ਨਾ ਹੋਏ, ਅਤੇ ਉਹਦਾ ਨੱਕ 'ਚੋਂ ਖੂਨ ਆਉਣਾ ਬੰਦ ਹੋ ਜਾਂਦਾ। ਅਤੇ ਅਡਲਟ ਵਿੱਚ ਕਿਸੇ ਸਿਆਣੇ 'ਚ ਬਲੱਡ ਪ੍ਰੈਸ਼ਰ ਹੁੰਦਾ, ਉਹਦੇ ਕਰਕੇ ਨੱਕ 'ਚੋਂ ਖੂਨ ਆਉਂਦਾ, ਉਹਦਾ ਬਲੱਡ ਪ੍ਰੈਸ਼ਰ ਦਾ ਇਲਾਜ ਕੀਤਾ ਜਾਏ ਤਾਂ ਖੂਨ ਬੰਦ ਹੋ ਜਾਂਦਾ। ਤੀਸਰਾ ਹੈ ਕਿ ਆਵਾਜ਼ ਚੇਂਜ ਹੋ ਜਾਣੀ, ਕਿਸੇ ਦੇ ਕੰਨ ਆਵਾਜ਼ ਚੇਂਜ ਹੋ ਗਈ ਆ, ਉਹਦੇ ਲਈ ਅਸੀਂ ਕਹਿੰਦੇ ਹਾਂ ਕਿ ਆਵਾਜ਼ ਬਹੁਤ ਉੱਚੀ ਨਾ ਬੋਲੋ ਅਤੇ ਬਹੁਤ ਜ਼ਿਆਦਾ ਨਾ ਬੋਲੋ, ਘੱਟ ਬੋਲੋ, ਹੌਲੀ ਬੋਲੋ। ਬਹੁਤ ਜ਼ੋਰ ਜ਼ੋਰ ਦੀ ਬੋਲਣ ਨਾਲ ਆਵਾਜ਼ ਖਰਾਬ ਹੋ ਜਾਂਦੀ ਹੈ, ਫਿਰ ਐਸੀ ਖਰਾਬ ਹੁੰਦੀ ਹੈ ਕਈ ਵਾਰੀ ਆਪਰੇਸ਼ਨ ਕਰਨੇ ਪੈਂਦੇ ਆ। ਇਸ ਤੋਂ ਚੰਗਾ ਹੈ ਕਿ ਅਸੀਂ ਘੱਟ ਬੋਲੀਏ ਅਤੇ ਹੌਲੀ ਬੋਲੀਏ।